हेलो जी, सलाम आदाब नमस्ते सत श्री अकाल ते जय साईं जी दी। मेरे वालों जी ते मैं तुहाडा अपना देव हीर ते तुसीं देख रहे हो जी मेरा यूट्यूब चैनल देव हीर ब्लॉग्स। ते जे तुसीं इस चैनल ते पहली बारी आए हो तां चैनल नूं सबसक्राइब जरूर कर लिओ ते बैल आइकन नूं ऑन करना ना भुल्यो ताकि तुहानूं आउण वाली हर एक नवीं वीडियो की अपडेट अपने मिलती रहे। ते आओ शुरू करदे हां जी अज दी वीडियो। अज की वीडियो दे विच जी मैं गल करनी आ कि मैनू एक सवाल आया जिहड़ी कि मैं पिछले दिनी एक साईं लाडी शाह सरकार जी की अंतिम दर्शन वाली वीडियो तुहाडे सारयां नाल सांझी कीती आ। उस वीडियो नू वेख के मैनू किसे बाई का इंस्टाग्राम दे उत्ते मैसेज आया कि बाई साईं लाडी शाह सरकार जी ने जदों पर्दा किया दुनिया तो जदों उन्होंने शरीर छड्डिया गुरदास मान कित्थे सी उदों। ਤਾਂ ਮੈਂ ਉਹਨੂੰ ਕਿਹਾ ਬਾਈ ਨੂੰ ਕਿ ਬਾਈ ਮੈਨੂੰ ਚੰਗਾ ਲੱਗਿਆ ਕਿ ਤੂੰ ਇਹ ਸਵਾਲ ਪੁੱਛਿਆ ਤਾਂ ਮੈਂ ਇਹਦਾ ਜਵਾਬ ਵੀਡੀਓ ਦੇ ਰਾਹੀਂ ਦਊਂਗਾ। ਅਤੇ ਕਹਿੰਦਾ ਬਾਈ ਠੀਕ ਆ ਮੈਂ ਵੇਟ ਕਰੂੰਗਾ ਵੀਡੀਓ ਦੀ। ਤਾਂ ਮੈਂ ਇਸੇ ਕਰਕੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਿਹਾ। ਜਦੋਂ ਸਾਈਂ ਲਾਡੀ ਸ਼ਾਹ ਸਰਕਾਰ ਜੀ ਨੇ ਦੁਨੀਆ ਤੋਂ ਪਰਦਾ ਕੀਤਾ ਉਦੋਂ ਮਾਨ ਸਾਹਿਬ ਉਹਨਾਂ ਦੇ ਕੋਲ ਨਹੀਂ ਸੀ। ਉਹਦਾ ਕਾਰਨ ਇਹ ਆ ਕਿ ਗੁਰਦਾਸ ਮਾਨ ਸਾਹਿਬ ਨੇ ਇੱਕ ਆਪਣੀ ਸਟੇਜ ਦੇ ਉੱਤੇ ਇਹ ਗੱਲ ਸਾਂਝੀ ਕੀਤੀ ਸੀ ਕਿ ਸਾਈਂ ਜੀ ਨੇ ਸਰੀਰ ਛੱਡਣ ਤੋਂ ਹਫ਼ਤਾ ਕੁ ਪਹਿਲਾਂ, ਕੁਝ ਦਿਨ ਪਹਿਲਾਂ ਨਾ, ਗੁਰਦਾਸ ਮਾਨ ਸਾਹਿਬ ਨੂੰ ਕਿਹਾ ਸੀ ਕਿ ਤੂੰ ਐਂ ਕਰ ਜਾ ਕੇ ਆਲ ਵਰਲਡ ਦਾ ਟੂਰ ਲਾ ਕੇ ਆ। ਤਾਂ ਮਾਨ ਸਾਹਿਬ ਕਹਿੰਦੇ ਮੈਂ ਉਹਨਾਂ ਦੀ ਇਜਾਜ਼ਤ ਮੰਨੀ ਤਾਂ ਸਾਡਾ ਟੂਰ ਸੀ ਉਦੋਂ ਅਤੇ ਅਸੀਂ ਟੂਰ ਓਕੇ ਕਰਕੇ ਟੂਰ ਵਾਸਤੇ ਨਿਕਲ ਗਏ ਇੱਥੋਂ ਇੰਡੀਆ ਤੋਂ। ਅਸੀਂ ਬਾਹਰ ਸੀ, ਯੂਕੇ ਟੂਰ 'ਤੇ ਸੀ ਜਾਂ ਕੈਨੇਡਾ ਟੂਰ 'ਤੇ ਸੀ, ਕਿਸੇ ਵੀ ਵਰਲਡ ਟੂਰ 'ਤੇ ਸੀ। ਕਹਿੰਦੇ ਕਿ ਮੈਨੂੰ ਸਾਈਂ ਜੀ ਨੇ ਆਲ ਵਰਲਡ ਦਾ ਟੂਰ ਲਾਉਣ ਵਾਸਤੇ ਭੇਜਿਆ ਅਤੇ ਪਿੱਛੋਂ ਆਪ ਉਸ ਟੂਰ 'ਤੇ ਚਲੇ ਗਏ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ ਮੁੜ ਕੇ। ਗੁਰਦਾਸ ਮਾਨ ਸਾਹਿਬ ਕਹਿੰਦੇ ਕਿ ਮੈਂ ਉਸ ਟਾਈਮ ਬਾਹਰ ਸ਼ੋਅ 'ਤੇ ਸੀ ਜਦੋਂ ਮੈਨੂੰ ਸੁਨੇਹਾ ਮਿਲਿਆ ਕਿ ਸਾਈਂ ਜੀ ਪਰਦਾ ਕਰ ਗਏ। ਤਾਂ ਕਹਿੰਦੇ ਤੁਸੀਂ ਸੋਚ ਸਕਦੇ ਹੋ, ਤੁਸੀਂ ਸਮਝ ਸਕਦੇ ਹੋ ਕਿ ਮੇਰੇ ਉੱਤੇ ਕੀ ਬੀਤੀ ਹੋਊਗੀ ਉਸ ਟਾਈਮ, ਕਿ ਮੈਂ ਕਿੰਨਾ ਮਜਬੂਰ ਹੋਊਂਗਾ, ਕਿ ਮੈਂ ਕਿੱਥੇ ਬੈਠਾਂ, ਮੈਂ ਆਪਣੇ ਯਾਰ ਦੇ ਕੋਲ ਨਹੀਂ। ਉਦੋਂ ਕਹਿੰਦੇ ਇਹ ਗੀਤ ਲਿਖਿਆ ਗਿਆ ਸੀ ਕਿ ਜੇ ਤੂੰ ਬਿਨ ਦੱਸਿਆਂ ਤੁਰ ਜਾਣਾ ਸੀ ਮੈਂ ਨਾਲ ਸਹੇਲੀਆਂ ਨਾ ਜਾਂਦੀ, ਅੱਗ ਲੱਗਦੀ ਚੰਦਰੇ ਪਾਣੀ ਨੂੰ ਨਾ ਭਰਦੀ ਅਤੇ ਨਾ ਪਛਤਾਉਂਦੀ। ਇਹ ਗੱਲ ਅਕਸਰ ਮੈਂ ਸੁਣੀ ਵੀ ਆ ਅਤੇ ਮੰਨੀ ਗਈ ਆ। ਜਦੋਂ ਵੀ ਕੋਈ ਪੀਰੋ ਮੁਰਸ਼ਦ ਦੁਨੀਆ ਤੋਂ ਪਰਦਾ ਕਰਦੇ ਨੇ ਤਾਂ ਉਹਨਾਂ ਦੇ ਜਿਹੜੇ ਖਾਸ ਹੁੰਦੇ ਨੇ ਨਾ, ਉਹਨਾਂ ਦੇ ਜਿਹੜੇ ਦਿਲ ਦੇ ਨੇੜੇ ਹੁੰਦੇ ਨੇ, ਉਹ ਉਹਨਾਂ ਨੂੰ ਅਕਸਰ ਆਪਣੇ ਤੋਂ ਦੂਰ ਭੇਜ ਦਿੰਦੇ ਨੇ ਕਿ ਜਦੋਂ ਇਹ ਮੇਰੇ ਨੇੜੇ ਹੋਣਗੇ ਉਦੋਂ ਤੱਕ ਅਸੀਂ ਜਾ ਨਹੀਂ ਸਕਦੇ। ਉਹ ਇਸ ਕਰਕੇ ਕਿਸੇ ਨਾ ਕਿਸੇ ਬਹਾਨੇ ਆਪਣੇ ਖਾਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਦੂਰ ਭੇਜ ਦਿੰਦੇ ਨੇ। ਸੋ ਇਸੇ ਕਰਕੇ ਹੀ ਸਾਈਂ ਲਾਡੀ ਸ਼ਾਹ ਸਰਕਾਰ ਜੀ ਨੇ ਵੀ ਗੁਰਦਾਸ ਮਾਨ ਸਾਹਿਬ ਨੂੰ ਵਰਲਡ ਟੂਰ 'ਤੇ ਭੇਜਿਆ ਕਿ ਇਹ ਮੇਰੇ ਤੋਂ ਦੂਰ ਹੋਊਗਾ ਤਾਂ ਮੈਂ ਇੱਥੋਂ ਦੁਨੀਆ ਤੋਂ ਪਰਦਾ ਕਰ ਸਕਦਾ, ਵੀ ਜੇ ਉਹ ਮੇਰੇ ਸਾਹਮਣੇ ਹੋਊਗਾ ਫਿਰ ਨਹੀਂ। ਇਹ ਕਾਰਨ ਸੀ ਜੀ ਕਿ ਗੁਰਦਾਸ ਮਾਨ ਸਾਹਿਬ ਸਾਈਂ ਲਾਡੀ ਸ਼ਾਹ ਸਰਕਾਰ ਜੀ ਦੇ ਅੰਤਿਮ ਦਰਸ਼ਨ ਦੇ ਵੇਲੇ ਉੱਥੇ ਮੌਜੂਦ ਨਹੀਂ ਸੀਗੇ। ਸੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਜੈ ਸਾਈਂ ਜੀ।